ਕਿ ਮਾਰਿਆ ਮੇਰਾ ਵੀਰ ਇਹਨਾਂ ਨੇ ਹਸਪੀਟਲ ਦੇ ਬਾਹਰ ਹੰਗਾਮੇ ਦੀਆਂ ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਮਰੀਜ਼ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪੀਟਲ ਦੇ ਸਟਾਫ ਉੱਪਰ ਗਲਤ ਟੀਕਾ ਲਗਾਉਣ ਦੇ ਇਲਜ਼ਾਮ ਲਗਾਏ ਗਏ ਨੇ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਇੱਕ ਮਰੀਜ਼ ਦੇ ਵੱਲੋਂ ਪਿੱਤੇ ਦਾ ਆਪਰੇਸ਼ਨ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਤਕਰੀਬਨ 11-12 ਘੰਟੇ ਠੀਕ ਰਹਿੰਦੇ ਨੇ, ਪਰ ਫਿਰ ਜਦੋਂ ਇੱਕੋ ਦਮ ਉਹਨਾਂ ਦੇ ਦਰਦ ਉੱਠਦਾ ਤਾਂ ਉਸ ਤੋਂ ਬਾਅਦ ਹਸਪੀਟਲ ਦੇ ਸਟਾਫ ਵੱਲੋਂ ਇੱਕ ਟੀਕਾ ਲਗਾਇਆ ਜਾਂਦਾ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅਤੇ ਇਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ, ਉੱਥੇ ਹੀ ਹਸਪਤਾਲ ਦੇ ਸਟਾਫ ਉੱਪਰ ਗਲਤ ਟੀਕਾ ਲਗਾਉਣ ਦੇ ਇਲਜ਼ਾਮ ਲਗਾਏ ਗਏ ਨੇ। ਉੱਥੇ ਹੀ ਜਦੋਂ ਇਸ ਸੰਬੰਧੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਮੈਨੇਜਰ ਨੇ ਕਿਹਾ ਕਿ ਇਹ ਮਾਮਲਾ ਔਨ ਹੋਲਡ ਹੈ। ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਫਸਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ, ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪੀਟਲ ਦੇ ਸਟਾਫ ਉੱਪਰ ਇਲਜ਼ਾਮ ਲਗਾਏ ਗਏ ਨੇ। ਉੱਥੇ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੀ ਹਸਪੀਟਲ ਦੇ ਸਟਾਫ ਮੈਂਬਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੋ ਵੀ ਰਿਜ਼ਲਟ ਆਏਗਾ ਤੁਹਾਨੂੰ ਦੱਸ ਦਿੱਤਾ ਜਾਏਗਾ। ਉੱਥੇ ਹੀ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਅਤੇ ਹਸਪੀਟਲ ਦੇ ਸਟਾਫ ਮੈਂਬਰ ਅਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਜੁੱਤੀ ਭੁੱਖ ਲੱਗੀ ਸ਼ੁਰੂ ਹੋ ਗਈ ਮੇਰੇ ਪਾਪਾ ਕੀ ਗੱਲ ਬਾਤ ਹੋਈ ਆ ਆਪਰੇਸ਼ਨ ਕਰਵਾਇਆ ਸੀਗਾ ਇੱਥੇ ਉਹਨਾਂ ਨੇ ਗਲਤ ਟੀਕਾ ਲਾਤਾ ਕੀ ਕਾਹਦਾ ਆਪਰੇਸ਼ਨ ਕਰਵਾਉਣਾ ਸੀ ਪਿੱਤੇ ਦਾ ਪਥਰੀਆਂ ਸੀਗੀਆਂ ਪਰਸੋਂ ਜੀ ਕੁਛ ਨੀ ਹੈ ਜੀ। ਕੀ ਨਾਮ ਹੈ ਤੇ ਆਸ਼ੀਰਵਾਦ ਹਸਪੀਟਲ 'ਚ ਕੀ ਕੰਮ ਕਰਦੇ ਹੋ? ਮੇਰਾ ਨਾਮ ਅਭੀ ਹੈ, ਮੈਂ ਡਾਕਟਰ ਵਿਕਰਮਜੀਤ ਦਾ ਮੈਨੇਜਰ ਹਾਂ। ਠੀਕ ਹੈ, ਦੇਵੀ ਲਾਲ ਪੇਸ਼ੈਂਟ ਦਾ ਮੈਟਰ ਔਨ ਹੋਲਡ ਹੈ। ਤੁਸੀਂ ਕੀ ਗੱਲ ਹੋਈ ਸੀ ਪੇਸ਼ੈਂਟ ਨਾਲ? ਮੈਟਰ ਔਨ ਹੋਲਡ। ਡਾਕਟਰ ਸਾਹਿਬ ਦੇ ਧਿਆਨ 'ਚ ਜੀ? ਉਹ ਮੈਟਰ ਔਨ ਹੋਲਡ ਹੈ। ਥੈਂਕ ਯੂ। ਮੇਰਾ ਨਾਮ ਵਕੀਲ ਸਿੰਘ ਹੈ ਜੀ, ਪਿੰਡ ਮੇਰਾ ਧਰਮਪੁਰਾ ਹੈ ਜੀ, ਤਹਿਸੀਲ ਬੋਹਰ ਹੈ ਜੀ, ਡਿਸਟ੍ਰਿਕਟ ਫਾਜ਼ਿਲਕਾ ਜੀ। ਕਾਰਨ ਇਹ ਹੈ ਜੀ, 9 ਤਰੀਕ ਨੂੰ ਮੇਰੇ ਬ੍ਰਦਰ ਦੇ ਪਿੱਤੇ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੇ ਜੀ। ਪਿੱਤੇ ਦਾ ਆਪਰੇਸ਼ਨ ਤਕਰੀਬਨ 2:30 ਵਜੇ ਹੋ ਗਿਆ ਜੀ। ਉਹ ਆਪਰੇਸ਼ਨ ਹੋਣ ਤੋਂ ਬਾਅਦ ਪੇਸ਼ੈਂਟ 10-11 ਘੰਟੇ ਬਿਲਕੁਲ ਠੀਕ ਰਿਹਾ ਜੀ। ਅਚਾਨਕ ਉਹਦੇ ਦਰਦ ਹੋਇਆ, ਦਰਦ ਹੋਣ ਤੋਂ ਬਾਅਦ ਨਰਸ ਨੇ ਇੰਜੈਕਸ਼ਨ ਲਾਇਆ, ਇੰਜੈਕਸ਼ਨ ਲਾਉਣ ਤੋਂ 5-7 ਮਿੰਟਾਂ ਬਾਅਦ ਪੇਸ਼ੈਂਟ ਖਤਮ ਹੋ ਗਿਆ ਜੀ ਅਤੇ ਸਰੀਰ ਨੀਲਾ ਹੋ ਗਿਆ ਜੀ ਪੇਸ਼ੈਂਟ ਦਾ। ਮੈਂ ਨਰਸ ਨੂੰ ਕਿਹਾ ਕਿ ਮੈਂ ਕਿਹਾ ਜੀ ਤੁਸੀਂ ਟੀਕਾ ਲਾਈ ਜਾਂਦੇ ਹੋ, ਡਾਕਟਰ ਸਾਹਿਬ ਨੂੰ ਬੁਲਾਓ। ਡਾਕਟਰ ਸਾਹਿਬ ਜਿਸ ਵੇਲੇ ਆਏ ਅਤੇ ਡਾਕਟਰ ਸਾਹਿਬ ਨੇ ਆਪਣੀ ਨਵੇਂ ਚੈੱਕ ਕੀਤੀ, ਨਵੇਂ ਚੈੱਕ ਕੀਤੀ ਅਤੇ ਡਾਕਟਰ ਸਾਹਿਬ ਕਹਿੰਦੇ ਜੀ ਪੇਸ਼ੈਂਟ ਖਤਮ ਹੋ ਗਿਆ ਜੀ। ਨਹੀਂ ਜੀ, ਮੌਜੂਦ ਨਹੀਂ ਸੀ ਜੀ। ਅਸੀਂ ਕਾਰਨ ਮੰਨਦੇ ਹਾਂ ਜੀ ਗਲਤ ਟ੍ਰੀਟਮੈਂਟ ਦਾ ਜੀ।
ਹਾਂਜੀ ਨਾਮ ਕੀ ਸੀ ਦੇਵੀ ਲਾਲ ਜੀ ਸਾਨੂੰ ਸਰਦਾਰ ਕੌਰ ਸਿੰਘ ਪਿੰਡ ਧਰਮਪੁਰਾ ਉਮਰ 48 ਸਾਲ ਜੀ ਇਹਨਾਂ ਨੇ ਜੋ ਟੈਸਟ ਕੀਤੇ ਉਹਦੇ ਵਿੱਚ 60 ਸਾਲ ਉਮਰ ਲਿਖੀ ਹੈ ਜੀ ਇਹਨਾਂ ਨੇ ਬੱਚੇ ਉਹਨਾਂ ਦੇ ਚਾਰ ਨੇ ਤਿੰਨ ਗੁੜੀਆ ਇੱਕ ਲੜਕਾ ਲੜਕਾ ਤਕਰੀਬਨ 12-13 ਸਾਲ ਦਾ ਜੀ ਛੋਟੇ ਛੋਟੇ ਬੱਚੇ ਜੀ ਗੱਲਬਾਤ ਕੀਤੀ ਸਾਨੂੰ ਜੀ ਲਾਰੇ ਲਾਈ ਜਾਂਦੇ ਕੋਈ ਕਲੀਅਰ ਰਾਹ ਨਹੀਂ ਪਾ ਰਹੇ ਜੀ ਇਹ ਬਣ ਦਾ ਜੋ ਟ੍ਰੀਟਮੈਂਟ ਹੋਇਆ ਬਣ ਦਾ ਬਿੱਲ ਨਹੀਂ ਲਿਆ ਸਾਨੂੰ ਐਂਬੂਲੈਂਸ ਲਿਆ ਕੇ ਦਿੱਤੀ ਰਾਤੀ 2:30-3 ਵਜੇ ਕਹਿੰਦੇ ਜੀ ਤੁਸੀਂ ਲਾਸ਼ ਲੈ ਜਾਓ ਮੈਂ ਲਾਸ਼ ਲਿਜਾਣ ਤੋਂ ਮਨਾ ਕਰਤਾ ਜੀ ਮੇਰਾ ਪਰਿਵਾਰ ਆਊਗਾ ਮੇਰੇ ਪਰਿਵਾਰ ਨਾਲ ਗੱਲ ਕਰਕੇ ਫਿਰ ਲਾਸ਼ ਲੈ ਕੇ ਜਾਵਾਂਗੇ ਮੰਗ ਇਹ ਹੈ ਜੀ ਸਾਡੇ ਤਿੰਨ ਗੁੜੀਆਂ ਇੱਕ ਬੱਚਾ ਹੈ ਮੁੰਡਾ ਹੈਗਾ ਛੋਟਾ ਜਿਹਾ ਵੀ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਇੱਥੇ ਕੋਈ ਪੇਸ਼ੈਂਟ ਸੀਗਾ ਉਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਵੀ ਉਹ ਟ੍ਰੀਟਮੈਂਟ ਤੋਂ ਕੋਈ 6-7 ਘੰਟਿਆਂ ਬਾਅਦ ਜਿਹੜਾ ਪੇਸ਼ੈਂਟ ਦੀ ਡੈਥ ਹੋ ਗਈ ਹੈ ਤੇ ਕੀ ਹੁਣ ਗੱਲਬਾਤ ਹੋਈ ਹੈ ਜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਕੋਈ ਹਾਂ ਜੋ ਉਹਦਾ ਕੋਈ ਰਿਜ਼ਲਟ ਆਊਗਾ ਤੁਹਾਨੂੰ ਪਤਾ ਲੱਗ ਜੂਗਾ